ਸਾਨੂੰ ਤਾਂ ਗਾਲਾਂ ਕੱਢੀ ਜਾਂਦੇ ਹੋ ਇਹ ਕੰਜਰ ਲਾਣਾ ਇਹ ਫਲਾਣਾ ਲਾਣਾ ਟਮਕਾਣਾ ਲਾਣਾ ਕਲਾਕਾਰ ਏਸੀ ਕਮਰਿਆਂ 'ਚ ਬਹਿ ਕੇ ਏਸੀ ਕਾਰਾਂ 'ਚ ਬਹਿ ਕੇ ਆਪਣਾ ਪੋਸਟਾਂ ਪਾਉਂਦੇ ਆ ਹੋਰ ਇਹ ਕੁਛ ਨਹੀਂ ਕਰਦੇ ਪਰ ਮੈਂ ਕਰਦਾ ਰਿਹਾ ਨਾ ਤੁਸੀਂ ਕੀ ਕਰ ਰਹੇ ਹੋ ਲਿਖਣ ਤੋਂ ਬਿਨਾਂ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਜੇ ਤੁਸੀਂ ਕਹਿੰਦੇ ਹੋ ਮੈਂ ਘਰੇ ਬਹਿ ਜਾਣਾ ਚੁੱਪ ਕਰ ਸਤਿ ਸ਼੍ਰੀ ਅਕਾਲ ਦੋਸਤੋ ਬੜਾ ਦਿਲ ਉਦਾਸ ਹੋਇਆ ਆ ਤੁਹਾਡੇ ਕਮੈਂਟ ਪੜ੍ਹ ਕੇ ਜਿਹੜੇ ਤੁਸੀਂ ਮੇਰੀ ਪੋਸਟਾਂ ਦੇ ਥੱਲੇ ਕਰਦੇ ਹੋ ਕਿ ਜੀ ਇਹ ਤਾਂ ਕਾਂਗਰਸ ਦਾ ਚਮਚਾ ਹੈ ਇਹ ਤਾਂ ਜੀ ਇਹਦਾ ਬੈਕ ਗਿਆ ਇਹਦਾ ਆਪਣਾ ਗਾਣਾ ਪ੍ਰਮੋਟ ਕਰਨ ਗਿਆ ਸੀ ਫੇਸਬੁੱਕ ਵਾਲੇ ਜਿੰਨੇ ਬੁੱਧੀਜੀਵੀ ਇਹ ਜਿਹੜੇ ਵਿਦਵਾਨ ਨੇ ਸਾਡੇ ਮੁਲਕ ਦੇ ਇਹ ਬੜੇ ਇਹਨਾਂ ਨੇ PhDਆਂ ਕੀਤੀਆਂ ਹੋਈਆਂ ਨੇ ਜਿਹੜੇ ਇੱਥੇ ਇਹ ਕਮੈਂਟ ਕਰਦੇ ਹਰ ਵਾਰ ਕਲਾਕਾਰਾਂ ਨੂੰ ਭੰਡਿਆ ਜਾਂਦਾ ਨਾ ਕਿ ਕਲਾਕਾਰ ਏਸੀ ਕਮਰਿਆਂ 'ਚ ਬਹਿ ਕੇ ਏਸੀ ਕਾਰਾਂ 'ਚ ਬਹਿ ਕੇ ਆਪਣਾ ਪੋਸਟਾਂ ਪਾਉਂਦੇ ਆ ਹੋਰ ਇਹ ਕੁਛ ਨਹੀਂ ਕਰਦੇ ਸੋ ਅੱਜ ਰਿਐਲਿਟੀ 'ਚ ਆ ਕੇ ਗਰਾਊਂਡ 'ਤੇ ਆਏ ਹਾਂ ਮੈਂ ਉੱਥੇ ਕਿਸੇ ਪਹਿਲੀ ਤਾਂ ਗੱਲ ਮੈਂ ਇਹ ਕਲੀਅਰ ਕਰ ਦੇਣਾ ਚਾਹੁੰਦਾ ਕਿ ਨਾ ਤਾਂ ਮੈਂ ਕੋਈ ਇਲੈਕਸ਼ਨ ਲੜਨੀ ਹੈ ਨਾ ਮੈਂ ਕਿਸੇ ਕਾਂਗਰਸ 'ਚ ਜਾਣਾ ਨਾ ਮੈਂ ਕਿਸੇ ਅਕਾਲੀਆਂ 'ਚ ਜਾਣਾ ਨਾ ਮੈਂ ਕਿਸੇ ਪਾਰਟੀ 'ਚ ਜਾਣਾ ਨਾ ਮੈਂ ਕਿਸੇ ਜਥੇਬੰਦੀ ਦੀ ਪ੍ਰਧਾਨਗੀ ਲੈਣੀ ਆ ਮੇਰਾ ਇੱਕ ਬਹੁਤ ਵਧੀਆ ਕਿੱਤਾ ਬਹੁਤ ਸਾਰਾ ਕੁਛ ਸਹੀ ਚੱਲ ਰਿਹਾ ਬਹੁਤ ਮਹਾਰਾਜ ਦੀ ਕਿਰਪਾ ਮੇਰੇ 'ਤੇ ਅਤੇ ਮੈਨੂੰ ਕੀ ਲੋੜ ਹੈ ਆਪਦਾ ਕੰਮ ਕਾਰ ਛੱਡ ਕੇ ਮੈਂ ਤੁਹਾਡੀਆਂ ਆਹ ਗੱਲਾਂ ਸੁਣਾ ਵੀ ਮੈਂ ਵਿਕ ਗਿਆ ਇਹਦਾ ਜੀ ਚਮਚਾ ਹੈ ਮੈਂ ਸਿਰਫ ਮੈਨੂੰ ਇਹ ਤੁਹਾਡੀਆਂ ਗੱਲਾਂ ਨਾਲ ਫਰਕ ਕੋਈ ਨਹੀਂ ਪੈਣ ਲੱਗਿਆ ਜੇ ਤੁਸੀਂ ਕਹੋਗੇ ਕਿ ਮੈਨੂੰ ਫਰਕ ਪੈ ਜੂਗਾ ਮੈਂ ਸਿਰਫ ਕਿਸਾਨਾਂ ਦੇ ਹੱਕ 'ਚ ਗਿਆ ਸੀਗਾ ਇਹ ਗੱਲ ਕਹਿ ਕੇ ਪਰਸੋਂ ਦਾ ਚੌਥੇ ਦਾ ਇਹ ਪੋਸਟਾਂ ਪਾ ਰਿਹਾ ਕਈ ਕਹਿੰਦੇ ਯਾਰ ਜੱਸੇ ਤੂੰ ਬੰਦਾ ਦਾ ਘੈਂਟ ਸੀ ਯਾਰ ਉਹਦਾ ਤੂੰ ਕਾਂਗਰਸ ਦਾ ਝੰਡਾ ਜਦੋਂ ਰੈਲੀ ਕਾਂਗਰਸ ਦੀ ਸੀ ਉੱਥੇ ਤੁਸੀਂ ਕੱਢ ਲਓ ਆ ਜਿਹੜੇ ਕਮੈਂਟ ਕਰਦੇ ਮੇਰੀ ਫੋਟੋ ਦੇ ਥੱਲੇ ਹਜ਼ਾਰ ਬੰਦਾ ਤੁਸੀਂ ਰੈਲੀ ਕੱਢ ਲਓ ਵੀਰੇ ਬੁਲਾਓ ਰੱਖੋ ਤਾਂ ਸਹੀ ਨਾ ਕਰੋ ਤਾਂ ਸਹੀ ਸੱਤਾ 'ਚ ਸਰਕਾਰ ਹੈ ਜੇ ਉਹ ਰੈਲੀ ਕੱਢ ਰਹੀ ਹੈ ਤਾਂ ਮੈਂ ਇਹ ਗੱਲ ਕਹੀ ਆ ਵੀ ਚਾਹੇ ਕੋਈ ਪਹਿਲੀ ਗੱਲ ਮੈਂ ਕਿਸੇ ਸਿਆਸਤ 'ਚ ਨਹੀਂ ਜਾਣਾ ਦੂਜੀ ਗੱਲ ਕੋਈ ਵੀ ਬੰਦਾ ਕਿਸਾਨਾਂ ਦੇ ਪੱਖ 'ਚ ਆ ਕੇ ਖੜੂਗਾ ਤਾਂ ਮੈਂ ਉਹਦੇ ਨਾਲ ਚੱਲੂੰਗਾ ਚਾਹੇ ਉਹ ਕੋਈ ਵੀ ਹੋਵੇ ਚਾਹੇ ਸਿੰਗਲ ਪਰਸਨ ਹੋਵੇ ਬੰਦਾ ਇਹ ਕਹਿ ਦੇਵੇ ਕੱਲ੍ਹ ਨੂੰ ਮੇਰੇ ਪਿੰਡ ਦਾ ਸਰਪੰਚ ਕਹਿ ਦੇਵੇ ਕਿ ਅੱਜ ਤੇਰੀ ਲੋੜ ਹੈ ਭਾਈ ਇੱਥੇ ਆ ਜਾ ਯਾਰ ਇਹ ਕੀ ਗੱਲ ਬਣਦੀ ਹੈ ਇਹ ਤੁਹਾਡੀਆਂ ਇਹਨਾਂ ਵਜ੍ਹਾ ਕਰਕੇ ਤਾਂ ਕਲਾਕਾਰ ਫਿਰ ਆਉਂਦਾ ਨਹੀਂ ਮੈਂ ਆ ਗਿਆ ਚਲੋ ਮੇਰੇ 'ਚ ਤਾਂ ਦਰਦ ਸੀ ਮੇਰੇ ਨਾਲ ਕੱਲ੍ਹ ਨੂੰ ਚਾਰ ਭਰਾ ਹੋਰ ਆਉਣਗੇ ਅਤੇ ਤੁਸੀਂ ਤਾਂ ਉਹਨਾਂ ਨੂੰ ਵੀ ਕਹੋਗੇ ਚਲੋ ਅੱਜ ਤਾਂ ਕਾਂਗਰਸ ਦੀ ਰੈਲੀ ਸੀ ਕੱਲ੍ਹ ਨੂੰ ਕਿਸੇ ਜਥੇਬੰਦੀ 'ਤੇ ਜਾ ਕੇ ਬਹਿ ਜਾਂਗੇ ਅਸੀਂ ਕਿਸਾਨ ਯੂਨੀਅਨ 'ਤੇ ਤੁਸੀਂ ਤਾਂ ਫਿਰ ਉਹ ਵੀ ਕਹਿ ਦੋਗੇ ਵੀ ਇਹਨਾਂ ਨੇ ਜਥੇਬੰਦੀਆਂ ਤੋਂ ਵੀ ਪੈਸੇ ਲੈ ਲਏ ਜਥੇਬੰਦੀ ਕਿਹੜਾ ਇੱਕ ਹੈ ਉੱਥੇ 10 ਜਥੇਬੰਦੀਆਂ ਨੇ ਫਲਾਣੇ ਵਾਲੀਆਂ ਤੋਂ ਪੈਸੇ ਲੈ ਲਏ ਫਲਾਣੇ ਯਾਰ ਕੁਛ ਤਾਂ ਮਾੜਾ ਮੋਟਾ ਤਾਂ ਸੋਚੋ ਵੀਰੇ ਇਹ ਟਾਈਮ ਹੈ ਇਹੋ ਜਿਹੀਆਂ ਗੱਲਾਂ ਕਰਨ ਦਾ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਯਾਰ ਵੀਰੇ ਬੰਦੇ ਦਾ ਦਿਲ ਖੱਟਾ ਹੁੰਦਾ ਜਦੋਂ ਤੁਸੀਂ ਇਹੋ ਜਿਹੇ ਕਮੈਂਟ ਕਰਦੇ ਹੋ ਇਹੋ ਜਿਹੀਆਂ ਗੱਲਾਂ ਕਰਦੇ ਹੋ ਮੈਂ ਕਿਹਨੂੰ ਕਹਿਤਾ ਵੀ ਮੇਰਾ ਗਾਣਾ ਸ਼ੇਅਰ ਕਰ ਦਿਉ ਮੇਰੇ ਗਾਣੇ ਪ੍ਰਮੋਟ ਆਹ ਇੱਕ ਟੁੱਚੇ ਜਿਹੇ ਬੰਦੇ ਨੇ ਲਿਖਿਆ ਇਹ ਆਪਣਾ ਗਾਣਾ ਪ੍ਰਮੋਟ ਕਰਨ ਗਿਆ ਸੀ ਤੂੰ ਕਮ ਸੇ ਕਮ ਤੂੰ ਸੋਚ ਤਾਂ ਸਹੀ ਇਹ ਗਾਣਾ ਵੀਰੇ ਮੇਰੇ ਅੰਦਰ ਦੇ ਜਜ਼ਬਾਤ ਸੀ ਮੇਰਾ ਦਿਲ ਦਾ ਦਰਦ ਸੀ ਇੱਕ ਜ਼ਿਮੀਂਦਾਰ ਹੋਣ ਦੇ ਨਾਤੇ ਛੋਟਾ ਜ਼ਿਮੀਂਦਾਰ ਹਾਂ ਮੈਂ ਇਹ ਤਾਂ ਗਾਇਆ ਮੈਂ ਅਤੇ ਇਹਦੇ 'ਚ ਦੱਸਿਆ ਕਿ ਬਿਲਾਂ ਨੇ ਸਾਡੇ 'ਤੇ ਕੀ ਨੁਕਸਾਨ ਕਰਨਾ ਅਤੇ ਤੁਸੀਂ ਯਾਰ ਤੁਹਾਡੀ ਸੋਚ ਸਾਨੂੰ ਤਾਂ ਗਾਲਾਂ ਕੱਢੀ ਜਾਂਦੇ ਹੋ ਇਹ ਕੰਜਰ ਲਾਉਣਾ ਇਹ ਫਲਾਣਾ ਲਾਉਣਾ ਟਮਕਾਣਾ ਲਾਉਣਾ ਤੁਸੀਂ ਆਪ ਤਾਂ ਸੋਚੋ ਤੁਹਾਡੀ ਆਪ ਦੀ ਸੋਚ ਕਿੱਡੀ ਮਹਾਨ ਹੈ ਜੇ ਕੋਈ ਬੰਦਾ ਬਾਹਰ ਨਿਕਲਦਾ ਤਾਂ ਤੁਸੀਂ ਉਹਨੂੰ ਕਿਸੇ ਪਾਰਟੀ ਨਾਲ ਜੋੜ ਦਿੰਦੇ ਹੋ ਜਦ ਰੈਲੀ ਕਾਂਗਰਸ ਦੀ ਸੀ ਮੈਂ ਸਿਰਫ ਉੱਥੇ ਤਾਂ ਗਿਆ ਕਿ ਹੋ ਸਕਦਾ ਮੇਰੇ ਕਰਕੇ ਉੱਥੇ ਨੌਜਵਾਨ ਆਉਣ ਅਤੇ ਆਏ ਵੀ ਜਿੰਨੇ ਆਏ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਆਏ ਵੀ ਅਤੇ ਉਹ ਅਵੇਅਰ ਹੋ ਕੇ ਗਏ ਆ ਕਿ ਇਹ ਬਿੱਲ 'ਚ ਕੀ ਹੈ ਇਹਨੇ ਸਾਡੇ 'ਤੇ ਕੀ ਨੁਕਸਾਨ ਕਰਨੇ ਨੇ ਅਤੇ ਮੈਂ ਉੱਥੇ ਕਾਂਗਰਸੀ ਦਾ ਸਰੂਪਾ ਪਵਾ ਲਿਆ ਕਿ ਮੈਂ ਉਹਨਾਂ ਤੋਂ ਕੋਈ ਟਿਕਟ ਲੈ ਲਈ ਵੀ ਮੈਂ ਉੱਥੇ ਇਲੈਕਸ਼ਨ ਲੜਨੀ ਹੈ ਐਜ਼ ਅ ਕਲਾਕਾਰ ਲਾ ਲਓ ਬੜਾ ਕੁਛ ਮੈਨੂੰ ਮਾਲਕ ਨੇ ਦਿੱਤਾ ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਦੂਜੀ ਗੱਲ ਜਿਹੜਾ ਕਿਸਾਨ ਆ ਕਲਾਕਾਰ ਨੂੰ ਵੀ ਪਾਸੇ ਰੱਖ ਲਓ ਤੁਹਾਡੀ ਔਕਾਤ ਨਹੀਂ ਵੀ ਤੁਸੀਂ ਕਿਸਾਨ ਨੂੰ ਖਰੀਦ ਸਕੋ ਜਜ਼ਬਾਤੀ ਲੋਕ ਨੇ ਪੰਜਾਬ ਦੇ ਭੋਲੇ ਲੋਕ ਨੇ ਵਿਕ ਜਾਣਗੇ ਆਪਦੀਆਂ ਜਾਨਾਂ ਦੇ ਦੇਣਗੇ ਪਰ ਇਹ ਜ਼ਮੀਰ ਬਕਾਊ ਨਹੀਂ ਹੈਗੇ ਸੋ ਬੋਲਣ ਤੋਂ ਪਹਿਲਾਂ ਨਾ ਆਹ ਮੂੰਹ ਅੱਡਣ ਤੋਂ ਪਹਿਲਾਂ ਜਾਂ ਟੁੱਚਾ ਕਮੈਂਟ ਕਰਨ ਤੋਂ ਪਹਿਲਾਂ ਬੰਦੇ ਬਾਰੇ ਜਾਣ ਲਿਆ ਕਰੋ ਬੰਦੇ ਦੀ ਸ਼ਖਸੀਅਤ ਬਾਰੇ ਕੱਲ੍ਹ ਨੂੰ ਕੋਈ ਉੱਥੇ ਜਥੇਬੰਦੀ ਧਰਨਾ ਲਈ ਬੈਠੀ ਆ ਉਹਨਾਂ ਨੇ ਮੈਨੂੰ ਬੁਲਾ ਲਿਆ ਮੈਂ ਆਪਣੇ ਪੱਧਰ 'ਤੇ ਵੀ ਆਪਣੀ ਇੰਡਸਟਰੀ 'ਚ ਰੋਜ਼ ਜ਼ੋਰ ਮਾਰਦਾ ਕਿ ਯਾਰ ਚਾਰ ਕਲਾਕਾਰ ਭਰਾ ਮੇਰੇ ਨਾਲ ਆਉਣ
ਅਸੀਂ ਆ ਕੇ ਸਾਨੂੰ ਟੈਗ ਲੱਗਿਆ ਸਾਡੇ 'ਤੇ ਯੂਥ ਵਿਗਾੜਤਾ ਅਸੀਂ ਆ ਕੇ ਸੜਕਾਂ 'ਤੇ ਆਈਏ ਮਸਲੇ ਹੱਲ ਕਰੀਏ ਅਤੇ ਉੱਥੇ ਸਾਡੇ ਸਮਰਥਨ ਦੇ ਵਿੱਚ ਤੁਸੀਂ ਆ ਜਾਓ ਜਿਹੜੇ ਵੱਡੇ ਵਿਦਵਾਨ ਹੋ ਕੋਈ ਵੀ ਆਗੂ ਆ ਗਿਆ ਅਤੇ ਸਾਡੀ ਕੀਤੀ ਕਰਾਈ ਮਿਹਨਤ ਨੂੰ ਕਿਸਾਨ ਪੱਖੀ ਜਦੋਂ ਅਸੀਂ ਯੂਥ ਨੂੰ ਨਾਲ ਲੈ ਕੇ ਖੜਨਾ ਅਤੇ ਤੁਸੀਂ ਤਾਂ ਕਹਿ ਦੋਗੇ ਇਹ ਤਾਂ ਜੀ ਇੱਥੇ ਤਾਂ ਜੀ ਆ ਫਲਾਣਾ ਬੰਦਾ ਆ ਗਿਆ ਇਹ ਤਾਂ ਉਹਨਾਂ ਦੀ ਰੈਲੀ ਹੋ ਗਈ ਸੋ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਜੇ ਤੁਸੀਂ ਕਹਿੰਦੇ ਹੋ ਮੈਂ ਘਰੇ ਬਹਿ ਜਾਣਾ ਚੁੱਪ ਕਰਕੇ ਟੱਚਪਣਾ ਮੇਰੇ ਨਾਲ ਤਾਂ ਨਾ ਕਰਿਓ ਮੇਰਾ ਸੁਭਾਅ ਹੈਗਾ ਹੋਰ ਤਰੀਕੇ ਦਾ ਨਾ ਮੈਨੂੰ ਇਹ ਚੀਜ਼ਾਂ ਪਸੰਦ ਨੇ ਨਾ ਮੈਂ ਇਹ ਚੀਜ਼ਾਂ ਬਰਦਾਸ਼ਤ ਕਰਦਾ ਜਿੱਦਣ ਗਿਆ ਤੁਸੀਂ ਕਹਿਤਾ ਵੀ ਇਹ ਕਾਂਗਰਸ ਦਾ ਟੌਂਟ ਆ ਜਿੱਦਣ ਮੈਂ ਗਿਆ ਉੱਦਣ ਮੇਰੇ ਨਾ ਸਿਰ 100 ਜੁੱਤੀਆਂ ਮਾਰੇ ਚੱਲਦਾ ਬਲਦਾ ਕੈਰੀਅਰ ਛੱਡ ਕੇ ਮੈਨੂੰ ਕੀ ਲੋੜ ਹੈ ਮੈਂ ਕਿਸੇ ਪਾਰਟੀ 'ਚ ਜਾਵਾਂ ਨਾਲੇ ਮੈਂ ਸਿਆਸਤ ਕਰਨੀ ਹੋਣੀ ਠੀਕ ਹੈ ਮੈਂ ਨਹੀਂ ਜੇ ਤੁਸੀਂ ਕਹਿੰਦੇ ਹੋ ਮੈਂ ਨਹੀਂ ਭਰਾਵਾ ਕੱਲ੍ਹ ਤੋਂ ਸੜਕਾਂ 'ਤੇ ਜਾਂਦਾ ਮੈਂ ਆਪਦੇ ਘਰੇ ਪੋਸਟਾਂ ਪਾਈ ਜਾਂਦਾ ਕਹੀ ਜਾਂਦਾ ਫਿਰ ਉਦੋਂ ਵੀ ਨਹੀਂ ਤੁਸੀਂ ਜਿਉਣ ਦਿੰਦੇ ਨਾ ਪ੍ਰੋਬਲਮ ਤਾਂ ਇਹ ਹੈ ਫਿਰ ਤੁਸੀਂ ਕਹਿੰਦੇ ਹੋ ਤਾਂ ਇਕੱਲੀਆਂ ਪੋਸਟਾਂ ਪਾਉਂਦੇ ਹੋ ਤੁਸੀਂ ਤਾਂ ਸੜਕਾਂ 'ਤੇ ਨਹੀਂ ਆਉਂਦੇ ਆਓ ਜੇ ਸੜਕਾਂ 'ਤੇ ਆ ਜਾਈਏ ਫਿਰ ਤੁਸੀਂ ਕਹਿੰਦੇ ਹੋ ਇਹ ਕਾਂਗਰਸ ਵਾਲੇ ਨੇ ਕੋਈ ਆਪਦਾ ਤਾਂ ਸਟੈਂਡ ਰੱਖੋ ਯਾਰ ਤੁਸੀਂ ਕਲਾਕਾਰਾਂ ਨੂੰ ਕਹਿੰਦੇ ਹੋ ਵੀ ਤੁਹਾਡਾ ਕੋਈ ਸਟੈਂਡ ਨਹੀਂ ਤੁਹਾਡਾ ਕੀ ਸਟੈਂਡ ਹੈ ਬਾਈ ਆ ਜਿਹੜੇ ਕਮੈਂਟ ਕਰਦੇ ਹੋ ਤੁਸੀਂ ਸੋ ਵੀਰੇ ਜਿਹਨੇ ਇਹੋ ਜਿਹੇ ਕਮੈਂਟ ਕਰਨੇ ਨੇ ਮੇਰਾ ਪੇਜ ਅਨਫੋਲੋ ਕਰਕੇ ਮੇਰਾ ਭਰਾ ਜਾਂਦੇ ਰਹੋ ਇਰੀਟੇਟ ਨਾ ਕਰੋ ਇਹ ਪੰਜਾਬ ਦਾ ਉਹ ਮਸਲਾ ਹੈ ਇਹ ਸਾਡਾ ਸਾਡੀ ਹੋਂਦ ਖਤਮ ਕਰਨ 'ਤੇ ਗੱਲ ਆਈ ਹੋਈ ਆ ਅਤੇ ਤੁਸੀਂ ਆਪਦੀ ਇਹ ਮੈਂਟੈਲਿਟੀ ਮਹੀਨੇ 2 ਮਹੀਨੇ ਲਈ ਪਾਸੇ ਰੱਖ ਲਓ ਤੁਸੀਂ ਦੁਬਾਰੇ ਪਬਜੀ ਆ ਜਾਓ ਜਾਂ ਪਬਜੀ ਦਾ ਕੋਈ ਹੋਰ ਤੋੜ ਹੋਊਗਾ ਤੁਸੀਂ ਉਹ ਖੇਡੋ ਤੁਸੀਂ ਇਸ ਮੁੱਦੇ 'ਚ ਨਾ ਪਾਓ ਜਿਹੜੇ ਦਰਦ ਰੱਖਦੇ ਨੇ ਜਿਹੜੇ ਹਿਤੈਸ਼ੀ ਨੇ ਉਹ ਆਪਦੇ ਪੱਧਰ 'ਤੇ ਮੁਜ਼ਾਹਰਾ ਕਰ ਰਹੇ ਨੇ ਕਾਂਗਰਸੀ ਅਕਾਲੀ ਅਤੇ ਕੋਈ ਵੀ ਹੈ ਸਾਰੇ ਅਸੀਂ ਵਾਰ ਵਾਰ ਕਹਿੰਦੇ ਹਾਂ ਸਾਰੇ ਇੱਕ ਮੰਚ 'ਤੇ ਇਕੱਠੇ ਹੋਏ ਅਤੇ ਇਹਨਾਂ ਨੇ ਹੋ ਵੀ ਜਾਣਾ ਫਿਰ ਤੁਸੀਂ ਕੀ ਕਰੋਗੇ ਇਹ ਤਾਂ ਸਰਕਾਰਾਂ ਚਾਹੇ ਉਹ ਕਾਂਗਰਸੀ ਨੇ ਚਾਹੇ ਉਹ ਅਕਾਲੀ ਨੇ ਚਾਹੇ ਆਪ ਵਾਲੇ ਨੇ ਇਹ ਬਾਅਦ 'ਚੋਂ ਪਹਿਲਾਂ ਇਹ ਬਿੱਲ ਦਾ ਵਿਰੋਧ ਹੈ ਕਰ ਰਹੇ ਨੇ ਨਾ ਸਾਰੇ ਕਾਂਗਰਸੀ ਵੀ ਕਰ ਰਹੇ ਨੇ ਅਕਾਲੀ ਵੀ ਕਰ ਰਹੇ ਨੇ ਆਪ ਵਾਲੇ ਵੀ ਕਰ ਰਹੇ ਨੇ ਸਾਰੇ ਕਰ ਰਹੇ ਨੇ ਜਥੇਬੰਦੀਆਂ ਵੀ ਕਰ ਰਹੀਆਂ ਨੇ ਅਸੀਂ ਵੀ ਕਰ ਰਹੇ ਹਾਂ ਸਿਆਸਤਾਂ ਤਾਂ ਤੁਹਾਨੂੰ ਪਤਾ ਸਾਰੀ ਦੁਨੀਆਂ 'ਚ ਹੁੰਦੀਆਂ ਨੇ ਇਕੱਲੀ ਪੰਜਾਬ 'ਚ ਤਾਂ ਹੁੰਦੀ ਨਹੀਂ ਪਾਰਟੀਆਂ ਸਾਰੀ ਦੁਨੀਆਂ 'ਚ ਨੇ ਉਹਨਾਂ ਦਾ ਉਹ ਕੰਮ ਆ ਉਹ ਕਰਨਗੇ ਜਿੱਦਣ ਮੈਂ ਆਇਆ ਤੁਸੀਂ ਮੇਰੇ ਨਾਲ ਉੱਦਣ ਗੱਲ ਕਰਿਓ ਹਾਂ ਅਤੇ ਜੇ ਮੈਂ ਆਊਂਗਾ ਵਾਰ ਵਾਰ ਮੈਂ ਕਹਿੰਦਾ ਮੈਂ ਆਉਂਦਾ ਨਹੀਂ ਨਾ ਮੈਨੂੰ ਲੋੜ ਆ ਅਤੇ ਨਾ ਮੈਨੂੰ ਸਿਆਸਤ ਕਰਨੀ ਆਉਂਦੀ ਆ ਜਿੱਦਣ ਆਊਂਗਾ ਤਾਂ ਉੱਦਣ ਠੋਕ ਵਜਾ ਕੇ ਆਊਂਗਾ ਉੱਦਣ ਕਹਿ ਕੇ ਆਊਂਗਾ ਵੀ ਹਾਂ ਫਲਾਣੀ ਪਾਰਟੀ 'ਚ ਜਾਣ ਲੱਗਿਆ ਸੋ ਮੇਰਾ ਵੀਰ ਮੈਂ ਰਿਕੁਐਸਟ ਕਰਦਾ ਪੰਜਾਬ ਬਹੁਤ ਮੰਦਹਾਲੀ ਦੇ ਦੌਰ 'ਚੋਂ ਗੁਜ਼ਰ ਸੜਕਾਂ 'ਤੇ ਧਰਨੇ ਲਾ ਕੇ ਜ਼ਿਮੀਂਦਾਰ ਬੈਠੇ ਨੇ ਤੁਸੀਂ ਇਹ ਆਪਦੀ ਸੋਚ ਨੂੰ ਆਪਦੇ ਕੋਲ ਰੱਖੋ ਇਹ ਇੱਦਾਂ ਨਾ ਜੇ ਕੋਈ ਬੰਦਾ ਅੱਗੇ ਆਉਂਦਾ ਨਾ ਯਾਰ ਉਹ ਟੁੱਟ ਜਾਂਦਾ ਜੇਕਰ ਤੁਸੀਂ ਇਹੋ ਜਿਹੇ ਸ਼ਬਦ ਵਰਤਦੇ ਹੋ ਵੀ ਉਹ ਚਮਚਾ ਹੈ ਇਹਨੇ ਪੈਸੇ ਲੈ ਲਏ ਆ ਜਿਹੜਾ ਲਿਖ ਕੇ ਗਿਆ ਵੀ ਪੈਸੇ ਲੈ ਲਏ ਤੂੰ ਮੇਰੇ ਘਰੇ ਚੈੱਕ ਲੈ ਕੇ ਆਇਆ ਸੀ ਉਹ ਤਾਂ ਮੇਰੀ ਡੀਲ ਕਰਾਈ ਸੀ ਜਿਹੜੇ ਵੀਰ ਸਪੋਰਟ ਕਰਦੇ ਨੇ ਮੈਂ ਉਹਨਾਂ ਦੀ ਦਿਲੋਂ ਰਿਸਪੈਕਟ ਕਰਦਾ ਵੀਰੇ ਤੁਸੀਂ ਡਟੇ ਰਹੋ ਮੈਂ ਵੀ ਡਟਿਆ ਰਹੂੰਗਾ ਕੋਈ ਫਰਕ ਨਹੀਂ ਪੈਂਦਾ ਆਹ ਚੰਦਕ ਲੋਕਾਂ ਨਾਲ ਜਿਹੜੇ ਕਹਿੰਦੇ ਆ ਪਰ ਇੱਕ ਦੁੱਖ ਲੱਗਦਾ ਵੀ ਯਾਰ ਇਹ ਆਪਦੇ ਕੰਮ ਕਾਰ ਛੱਡ ਕੇ ਸਾਨੂੰ ਕਿਸਾਨੀ ਤੋਂ ਦੇਖੋ ਭਾਸ਼ਾ ਪਹਿਲਾ ਮੁੱਦਾ ਜ਼ਬਾਨ ਦਾ ਜਿਹਦੀ ਖੱਟੀ ਅਸੀਂ ਖਾਂਦੇ ਹਾਂ ਜੀ ਆਹ ਘੜੀ ਵੀ ਬੰਨੀ ਆ ਤਾਂ ਇਹ ਸਿਰਫ ਉਸ ਮਾਂ ਬੋਲੀ ਕਰਕੇ ਮੇਰੀ ਹੋਂਦ ਹੈ ਮਾਂ ਬੋਲੀ ਕਰਕੇ ਤੇਰੇ ਸੀਨੇ ਜੇ ਲੱਗੀ ਛੁਰੀ ਨਹੀਂ ਤਾਂ ਇਹ ਨਾ ਸਮਝੀ ਕਿ ਤੇਰੇ ਸ਼ਹਿਰ ਦੀ ਹਾਲਤ ਬੁਰੀ ਨਹੀਂ ਪਾਤਰ ਸਾਹਿਬ ਦਾ ਸ਼ੇਰ ਹੈ ਇੱਥੇ ਲਿਖਣਾ ਬਹੁਤ ਸੌਖਾ ਹੈ ਮੈਂ ਨਹੀਂ ਕਹਿੰਦਾ ਮੈਂ ਕੋਈ ਬਹੁਤ ਮਹਾਨ ਕੰਮ ਕਰਤਾ ਮੈਂ ਇੱਕ ਧਰਨੇ ਜਾਂ ਦੋ ਧਰਨਿਆਂ 'ਤੇ ਆ ਗਿਆ ਮੈਂ ਬਿੱਲ ਦਾ ਵਿਰੋਧ ਪਰ ਮੈਂ ਕਰਦਾ ਰਿਹਾ ਨਾ ਤੁਸੀਂ ਕੀ ਕਰ ਰਹੇ ਹੋ ਲਿਖਣ ਤੋਂ ਬਿਨਾਂ ਮੈਂ ਵਾਰ ਵਾਰ ਕਹਿਣਾ 4000 ਬੰਦਾ ਕਮੈਂਟ ਕਰਦਾ 20000 ਬੰਦਾ ਦੇਖਦਾ ਉਹਦੇ 'ਚੋਂ 10% ਹੀ ਆ ਜਾਓ ਯਾਰ ਆਓ ਤਾਂ ਸਹੀ ਫਰਕ ਕੋਈ ਨਹੀਂ ਪੈਣਾ ਤੁਹਾਡੀਆਂ ਇਹ ਥੋੜ੍ਹਾ ਜਿਹਾ ਇਰੀਟੇਟ ਜ਼ਰੂਰ ਹੋਇਆ ਦੁੱਖ ਲੱਗਿਆ ਬਹੁਤ ਤੁਹਾਡੇ ਜਿੰਨੇ ਤੁਸੀਂ ਨੈਗੇਟਿਵ ਹੋ ਨਾ ਉਦੋਂ ਵੱਧ ਚੌਗਣੇ ਮੇਰੇ ਨਾਲ ਪੋਜ਼ੀਟਿਵ ਨੇ ਨੈਗੇਟਿਵਿਟੀ ਨੂੰ ਮੈਂ ਜ਼ਿੰਦਗੀ 'ਚ ਹਮੇਸ਼ਾ ਦੂਰ ਰੱਖਿਆ ਪਰ ਮੈਂ ਇੱਥੇ ਆਪਣਾ ਪੱਖ ਰੱਖਣਾ ਆਇਆ ਸੀ ਮੈਂ ਕੋਈ ਪਾਰਟੀਬਾਜ਼ੀ ਤੋਂ ਕਿਸੇ ਤੋਂ ਕੁਛ ਨਹੀਂ ਲੈਣਾ ਨਾ ਮੈਂ ਕਿਸੇ ਪਾਸੇ ਜਾਣਾ ਵੀਰਾਂ ਨੇ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਕਿ ਬਾਈ ਜੀ ਸਾਨੂੰ ਤੁਹਾਡੀ ਲੋੜ ਹੈ ਕਿ ਯੂਥ ਤੁਹਾਡੇ ਕਰਕੇ ਆਊਗਾ ਤਾਂ ਕਰਕੇ ਮੈਂ ਗਿਆ ਤੁਸੀਂ ਆਪਦੇ ਪਿੰਡ ਧਾਰਨਾ ਰੱਖ ਲਓ ਅਤੇ ਮੈਨੂੰ ਇਨਵਾਈਟ ਕਰ ਲਓ ਮੈਂ ਆ ਜਾਊਂਗਾ ਜੇ ਮੈਂ ਤੈਨੂੰ ਜਵਾਬ ਦੇਵਾਂ ਤੁਸੀਂ ਫਿਰ ਮੇਰੇ ਨਾਲ ਗੱਲ ਕਰੋ
ਪਰ ਮੇਰਾ ਵੀਰ ਇਦਾਂ ਨਾ ਕਿਸੇ ਨੂੰ ਇਰੀਟੇਟ ਨਾ ਕਰਿਆ ਕਰੋ। ਮੈਂ ਬੇਨਤੀ ਕਰਦਾ ਜਿੰਨੇ ਭਰਾ ਸਪੋਰਟ ਕਰਦੇ ਨੇ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ, ਜਿੰਨੇ ਵੀਰ ਮੈਨੂੰ ਨੈਗੇਟਿਵ ਕਮੈਂਟ ਕਰਦੇ ਨੇ, ਜਿਵੇਂ ਮੈਨੂੰ ਕਾਂਗਰਸੀਆ ਕਹਿੰਦੇ ਨੇ ਜਾਂ ਮੈਨੂੰ ਕਹਿੰਦੇ ਨੇ ਇਹਨੇ ਪੈਸੇ ਲੈ ਲਏ, ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਮੇਰਾ ਪੇਜ ਅਨਫੋਲੋ ਕਰਕੇ ਵੀਰੇ, ਤੁਸੀਂ ਕਿਸੇ ਹੋਰ ਆਰਟਿਸਟ ਨੂੰ ਫੋਲੋ ਕਰ। ਥੈਂਕ ਯੂ ਸੋ ਮਚ।